ਲੁਧਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਧਾਂਦਲੀ ਨੂੰ ਰੋਕਣ ਲਈ ਦੋਨਾਂ ਪਾਰਟੀਆਂ ਦਾ ਇੱਕ ਵਫਦ ਰਾਜ ਚੋਣ ਕਮਿਸ਼ਨ ਪੰਜਾਬ ਨੂੰ ਮਿਲਿਆ ਅਤੇ ਹੋਣ ਜਾ ਰਹੀਆਂ ਇਹਨਾਂ ਚੋਣਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਮੰਗ ਪੱਤਰ ਦਿੱਤਾ ਤਾਂ ਜੋ ਇਹਨਾਂ ਚੋਣਾਂ ਵਿੱਚ ਕਿਸੇ ਤਰ੍ਹਾਂ ਦੀ ਧਾਂਦਲੀ ਨਾ ਹੋਵੇ ਤੇ ਮੰਗ ਕੀਤੀ ਗਈ ਕਿ ਚੋਣਾਂ ਉਪਰੰਤ ਈਵੀਐਮ ਦੀ ਰਖਵਾਲੀ ਪੰਜਾਬ ਪੁਲਿਸ ਦੀ ਬਜਾਏ ਅਰਧ ਸੈਨਿਕ ਦਲਾਂ ਤੋਂ ਕਰਵਾਈ ਜਾਵੇ। ਨਿਕਲੇ ਆ ਕਿਉਂਕਿ ਜਿਹੜੀ ਲੁਧਿਆਣੇ ਦੀ ਇਲੈਕਸ਼ਨ ਆ ਇਹ ਪੰਜਾਬ ਸਰਕਾਰ ਨੇ ਮਿੱਥ ਕੇ ਇਸ ਨੂੰ ਅਲੱਗ ਕੀਤਾ। ਪਹਿਲਾਂ ਬੁਰਸ਼ਾਗਰਦੀ ਕਰਕੇ ਸਾਰੇ ਪੰਜਾਬ ਦੀਆਂ ਚੋਣਾਂ 'ਤੇ ਕਬਜ਼ਾ ਕੀਤਾ, ਹਰ ਗੈਰ ਕਾਨੂੰਨੀ ਢੰਗ ਵਰਤਿਆ ਔਰ ਸਾਡਾ ਖਦਸ਼ਾ ਵਾ ਕਿ ਕਿਉਂਕਿ ਲੁਧਿਆਣੇ ਦੇ ਵਿੱਚ ਲੋਕ ਇਨਸਾਫ ਪਾਰਟੀ ਔਰ ਆਮ ਆਦਮੀ ਪਾਰਟੀ ਦਾ ਮਜ਼ਬੂਤ ਆਧਾਰ ਆ, ਇਸ ਲਈ ਇਸ ਇਲੈਕਸ਼ਨ ਨੂੰ ਡੀਲਿੰਕ ਕਰਕੇ ਔਰ ਸਰਕਾਰ ਨੇ ਇਹ ਜਿਹੜੀ ਚੋਣ ਰੱਖੀ ਆ, ਜੋ ਸਾਡੇ ਖਦਸ਼ੇ ਸੀਗੇ ਉਹ ਅਸੀਂ ਸਰਦਾਰ ਜਗਪਾਲ ਸਿੰਘ ਸੰਧੂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਨਿਕਲੇ ਹਾਂ। ਉਹਨਾਂ ਨੂੰ ਆਪਣੇ ਖਦਸ਼ੇ ਸੀ ਉਹਨਾਂ ਦੇ ਮੋਹਰੇ ਰੱਖ ਦਿੱਤੇ ਨੇ ਔਰ ਜਿਹੜੇ ਇਸ਼ੂਜ਼ ਲੁਧਿਆਣੇ ਦੀ ਇਲੈਕਸ਼ਨ ਨੂੰ ਲੈ ਕੇ ਮੈਂ ਬੇਨਤੀ ਕਰੂੰਗਾ ਸਿਮਰਜੀਤ ਸਿੰਘ ਬੈਂਸ ਨੂੰ ਕਿ ਉਹ ਆਪਣੇ ਇਸ਼ੂਜ਼ ਮੀਡੀਆ ਦੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਆਪਣੀ ਗੱਲ ਰੱਖਣ। ਮੋਟੇ ਤੌਰ 'ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਲੁਧਿਆਣੇ ਦੀ ਇਲੈਕਸ਼ਨ ਨੂੰ ਇੱਕ ਸਿੰਗਲ ਆਊਟ ਕਰਕੇ ਕਾਂਗਰਸ ਇਸ ਇਲੈਕਸ਼ਨ ਨੂੰ ਬਾਕੀ ਪੰਜਾਬ ਵਾਂਗੂ ਹਾਈਜੈਕ ਕਰਨ ਦੇ ਮਨਸੂਬੇ ਨਾਲ ਜਾ ਰਹੀ ਆ ਔਰ ਜੋ ਪਿੱਛੇ ਮਿਊਂਸੀਪਲ ਇਲੈਕਸ਼ਨਾਂ ਦੇ ਵਿੱਚ ਨਗਰ ਪੰਚਾਇਤਾਂ ਵਿੱਚ ਜੋ ਜਿਸ ਢੰਗ ਦੇ ਨਾਲ ਗੁੰਡਾਗਰਦੀ ਕੀਤੀ ਗਈ, ਜੋ ਪਹਿਲਾਂ ਅਕਾਲੀ ਕਰਦੇ ਰਹੇ ਨੇ 10 ਸਾਲ ਕਾਂਗਰਸੀ ਅਕਾਲੀ ਗੁੰਡਾਗਰਦੀ ਕਰਦੇ ਸੀ ਅਤੇ ਅਕਾਲੀ ਰੋਂਦੇ ਅਕਾਲੀ ਗੁੰਡਾਗਰਦੀ ਕਰਦੇ ਸੀ ਅਤੇ ਕਾਂਗਰਸ ਹੀ ਰੋਂਦੇ ਸੀ ਬਾਹਰ ਬਹਿ ਕੇ ਔਰ ਹੁਣ ਉਹੀ ਪਾਸਾ ਬਦਲ ਗਿਆ, ਹੁਣ ਕਾਂਗਰਸ ਵਾਲੇ ਗੁੰਡਾਗਰਦੀ ਕਰਨ 'ਤੇ ਆ ਗਏ ਨੇ ਅਤੇ ਅਕਾਲੀ ਰੋਂਦੇ ਸੀਗੇ। ਇਸ ਵਾਤਾਵਰਨ ਨੂੰ ਨੱਥ ਪੈਣੀ ਚਾਹੀਦੀ ਆ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।